मेरी प्यारी भाभी भाभी थोनू किन्ने वारी क्या तुसी काम ना करया करो तुसी हटदे नी ना। फिर क्यों हो गया? अब माड़ा मोटा हल्का फुल्का ही काम कर रही हूं मैं। रुक जो, थोड़ी शिकायत मैं निक्कू नू लाउनी आ। निक्कू देख ला, तेरी मम्मी मेरी गल नहीं सुनदी। नाले तू छेती छेती बाहर आ जा, भूआ नू पता तेरी किन्नी वेट आ। बहुत उड़ीक आ मैनू तेरी, का मैनू तेरी। जल्दी जल्दी नाले हुण तू बाहर आ जा, फिर आपां खेड्या करांगे। सब तो वध उड़ीक तां दादी नू है, पोतियां दा प्यार दादी नाल ज्यादे हुंदा। नाले भाई करना पै जे। जिहड़ी दुनिया हजे तक मैं नहीं देखी ना, ਉਹ ਦੁਨੀਆ ਮੈਂ ਮੇਰੇ ਪੁੱਤ ਨੂੰ ਮੋਢੇ ਤੇ ਬਿਠਾ ਕੇ ਦਿਖਾਉਂ। ਮਾਂ ਸਦਕੇ ਤੰਦਰੁਸਤੀ ਰੱਖੇ ਮੇਰੇ ਪਰਿਵਾਰ ਦੀ, ਵਾਹਿਗੁਰੂ ਸੁਖ ਸ਼ਾਂਤੀ ਵਾਲਾ ਟਾਈਮ ਲਿਆਵੇ। ਮੈਨੂੰ ਲੱਗਦਾ ਅੰਦਰ ਫੋਨ ਆਈ ਜਾਂਦਾ, ਮੇਰੀ ਸਹੇਲੀ ਦਾ ਹੋਣਾ। ਐ ਕਰ ਪੁੱਤ, ਲਿਆ ਝਾੜੂ ਮੈਂ ਕੱਢ ਦਵਾਂ। ਨਹੀਂ ਨਹੀਂ ਮੰਮੀ ਜੀ, ਮੈਂ ਆਪੇ ਲਗਾ ਲੂੰਗੀ ਝਾੜੂ। ਕੋਈ ਗੱਲ ਨਹੀਂ, ਬੇਬੇ ਨੂੰ ਲਾ ਲੈਣਾ ਤੇ ਝਾੜੂ। ਤੂੰ ਐ ਕਰ, ਪੂਰਾ ਪੂਰਾ ਸਾਡੇ ਵਾਸਤੇ ਚਾਹ ਬਣਾ ਲਿਆ। ਠੀਕ ਹੈ ਮੇਰੀ ਧੀ, ਬਣਾ ਲੈ ਚਾਹ ਘੱਟ। ਭੋਰਾ ਮਿੱਠਾ ਵੱਧੇ ਪਾਲੀ। ਠੀਕ ਹੈ ਜੀ, ਚੱਲ ਧਿਆਨ ਨਾਲ। ਬੇਬੇ ਇੱਕ ਗੱਲ ਦੱਸ ਮੈਨੂੰ, ਪਹਿਲਾਂ ਆਪਾਂ ਲੱਡੂ ਸਾਰੇ ਪਿੰਡ 'ਚ ਵੰਡਾਂਗੇ। ਲੈ ਮੇਰਾ ਪੁੱਤ, ਜਦੋਂ ਤੇਰਾ ਜਨਮ ਹੋਇਆ ਸੀ ਫਿਰ ਆਪਾਂ ਲੱਡੂ ਸਾਰੇ ਪਿੰਡ 'ਚ ਵੰਡਾਂ। ਮੇਰਾ ਪੁੱਤ, ਜਦੋਂ ਤੇਰਾ ਜਨਮ ਹੋਇਆ ਸੀ ਤੇਰੇ ਬਾਪੂ ਨੇ ਸਾਰੇ ਪਿੰਡ 'ਚ ਲੱਡੂ ਵੰਡੇ ਸੀ। ਹੁਣ ਤਾਂ ਸੁੱਖ ਨਾ ਮੇਰੇ ਪੋਤੇ ਦਾ ਜਨਮ ਹੋਣਾ, ਹੁਣ ਤਾਂ ਆਪਾਂ ਬਰਫੀ ਵੰਡਾਂਗੇ ਸਾਰੇ ਪਿੰਡ 'ਚ। ਬਾਤੀ ਕਹਿਣਾ ਤੇ ਵੱਡੀ ਬੇਬੇ, ਆਪਾਂ ਨਾ ਦੁੱਧ ਲੈ ਲਾਂਗੇ ਦੋਜੀ ਤੋਂ, ਖੋਆ ਹੀ ਵੰਡ ਦਾਂਗੇ। ਹੈਲੋ, ਹਾਂ ਕੰਮੋ। ਕੰਮੋ? ਓਏ ਮੈਂ ਕੰਮੋ ਨਹੀਂ, ਸ਼ਿਵ ਬੋਲੀ ਆ ਨਾ। ਹਾਂਜੀ ਹਾਂਜੀ, ਮੈਨੂੰ ਪਤਾ, ਮੈਂ ਤਾਂ ਮਜ਼ਾਕ ਕਰੀ ਜਾਂਦੀ ਸੀ ਤੁਹਾਡੇ ਨਾਲ। ਹੱਦ ਹੈ, ਤੇਰੇ ਮਜ਼ਾਕ ਨੇ ਤਾਂ ਮੈਨੂੰ ਡਰਾ ਹੀ ਦਿੱਤਾ। ਮੈਨੂੰ ਲੱਗਿਆ ਕਿਤੇ ਮੈਨੂੰ ਕੁੜੀਓ ਸਮਝ ਲਿਆ ਤੂੰ। ਨਾ। ਅੱਛਾ, ਇੰਨਾ ਟਾਈਮ ਲਾ ਤਾਂ ਫੋਨ ਚੱਕਣ ਦੇ, ਕੀ ਕਰੀ ਜਾਂਦੀ ਸੀ? ਉਹ ਮੈਂ, ਵੀਰਾ, ਭਾਬੀ, ਮੰਮੀ ਸਾਰੇ ਅਸੀਂ ਬਾਹਰ ਹੱਸੀ ਖੇਡੀ ਜਾਂਦੇ ਸੀ। ਹਾਂ 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 ਹਾਂ, ਤੇਰੀਆਂ ਹੱਸੀਆਂ ਖੇਡੀਆਂ ਚੱਲ ਗਈਆਂ ਅਤੇ ਮੈਂ ਇੱਥੇ ਬਾਹਰ ਬੈਠਾ ਸੁੱਕੀ ਜਾਂਦਾ। ਉਹ ਦੱਸ ਦੇ ਕਦੋਂ ਆਉਣਾ ਯਾਰ ਤੂੰ? ਹਾਂਜੀ ਹਾਂਜੀ ਆਉਂਦੀ ਹਾਂ, ਮੈਂ ਬਸ ਕੋਈ ਬਹਾਨਾ ਲਾਉਂਦੀ ਹਾਂ ਘਰੇ। ਆ ਜਾ ਯਾਰ। ਆਓ ਆਓ, ਜਾਓ ਜੀ ਜਾਓ, ਤੁਹਾਨੂੰ ਕਿਹਨੇ ਰੋਕਿਆ? ਭਾਬੀ ਉਹ ਨਾ ਮੇਰੀ ਫਰੈਂਡ ਕੰਮੋ ਦਾ ਫੋਨ ਸੀ, ਕਹਿੰਦੀ ਸੂਟ ਫੜ ਕੇ ਲੈ ਜਾ। ਅੱਛਾ, ਮੈਂ ਸਭ ਜਾਣਦੀ ਹਾਂ ਕਿਹੜੀ ਕੰਮੋ ਦਾ ਫੋਨ ਸੀਗਾ। ਜਦੋਂ ਰਾਤ ਮੈਂ ਰੋਟੀਆਂ ਬਣਾ ਰਹੀ ਸੀ ਨਾ, ਸਭ ਸੁਣ ਲਈ ਸੀ ਮੈਂ ਤੇਰੇ ਘੁਸਰ ਮੁਸਰ ਜੀ। ਅਤੇ ਹੋਰ ਭਾਬੀ, ਜਾਣਾ ਹੀ ਆ। ਨਾਲੇ ਅਸੀਂ ਨਾ ਸ਼ੋਪਿੰਗ ਕਰਨੀ ਆ, ਮੈਚਿੰਗ ਮੈਚਿੰਗ ਕੱਪੜੇ ਲੈਣੇ ਆ, ਨਾਲੇ ਅਸੀਂ ਫਿਲਮ ਵੀ ਦੇਖ ਕੇ ਆਉਣੀ ਆ, ਨਾਲੇ ਅਸੀਂ ਘੁੰਮ ਕੇ ਆਉਣਾ ਹੈ। ਬਸ ਬਸ ਬਸ, ਦਿਨ ਇਹ ਦਿਨ ਦਿਹਾੜੇ ਸੁਪਨੇ ਨਾਲ ਹੈ। ਲੈ ਭਾਬੀ, ਜਾਣਾ ਹੀ ਆ। ਨਾਲੇ ਪਤਾ ਹਜੇ ਤਾਂ ਅਸੀਂ ਸ਼ੋਪਿੰਗ ਕਰ। ਉਹ ਬਸ ਕਰ ਬਸ ਕਰ ਬਸ ਕਰ ਬਸ ਕਰ, ਤੂੰ ਬਾਗੀ ਜਾ। ਹਾਂ ਭਾਬੀ, ਪੂਰੀ ਗੱਲ ਤਾਂ ਸੁਣੀ ਨਹੀਂ। ਸੁਣ ਤਾਂ ਲੈ, ਹਜੇ ਤਾਂ ਅਸੀਂ ਕੱਪੜੇ ਖਰੀਦਣੇ ਆ, ਮੈਚਿੰਗ ਟੀ ਸ਼ਰਟਾਂ ਲੈਣੀਆਂ ਹੈ, ਫਿਲਮ ਦੇਖਣੀ ਆ, ਘੁੰਮਣ ਜਾਣਾ ਹੈ। ਬਾਬਾ ਬਗ ਜਾ, ਮੈਨੂੰ ਸੁਣਾਉਣ ਦੀ ਕੁਛ ਲੋੜ ਨਹੀਂ ਹੈਗੀ ਤੈਨੂੰ। ਭਾਬੀ ਬਗ ਤਾਂ ਜਾਊਂ, ਪਰ ਵੀਰਾ ਅਤੇ ਮੰਮੀ? ਤੂੰ ਵੀਰੇ ਮੰਮੀ ਦੀ ਨਾ ਟੈਨਸ਼ਨ ਨਾ ਲੈ, ਉਹ ਤਾਂ ਮੈਂ ਆਪ ਹੀ ਸੰਭਾਲੂ। ਨਾਲੇ ਅੱਜ ਤਾਂ ਤੇਰੇ ਵੀਰ ਨਾਲ ਨਾ ਮੈਂ ਹਸਪਤਾਲ ਟੈਸਟ ਕਰਾਉਣ ਜਾਣਾ। ਕੋਈ ਨਹੀਂ, ਉਹ ਤਾਂ ਆਪ ਹੀ ਸਮਝੋ ਸਭ ਕੁਝ। ਤੂੰ ਜਾ, ਤਿਆਰ ਹੋ ਜਾ, ਚਲੀ ਜਾ। ਠੀਕ ਹੈ ਭਾਬੀ, ਮੂੰਹ ਮੇਰੀ ਸਿਆਣੀ ਨਾ, ਜਾ ਵਗ ਜਾ। ਬੋਲਦੇਗਾ ਤਾਂ ਨਹੀਂ, ਕੀ ਹੋ ਗਿਆ? ਮੈਂ ਨਹੀਂ ਬੋਲਣਾ ਯਾਰ। ਕਿਉਂ ਯਾਰ, ਕਿੰਨਾ ਟਾਈਮ ਹੋ ਗਿਆ ਮੈਨੂੰ ਇੱਥੇ ਖੜੇ ਨੂੰ। ਤੇ ਫਿਰ ਮੈਂ ਕੀ ਕਰਦੀ? ਅੱਜ ਸਾਰੇ ਘਰ ਦੇ ਇਕੱਠੇ ਜੇ ਫਿਰਦੇ ਸੀਗੇ, ਹੁਣ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਆ ਗਈ। ਮੌਕਾ ਮਿਲਿਆ ਮੈਂ ਆ ਗਈ? ਸਾਰੇ ਘਰ ਦੇ ਇਕੱਠੇ ਫਿਰਦੇ ਸੀ, ਚਾਰ ਤਾਂ ਜੀਓ ਘਰ ਦੇ। ਮੰਮੀ ਹੈਗੇ? ਭਾਈ ਹੈ ਨਾ? ਉਹ ਮੈਂ ਪਤਾ ਵੀ ਹੈਗੇ ਉਹ, ਪਰ ਜਦੋਂ ਵਿਆਹ ਵੇਲੇ ਇੰਨੇ ਬੰਦੇ ਇਕੱਠੇ ਹੋਣਗੇ, ਉਦੋਂ ਨਾ ਐਵੇਂ ਕਹਿ ਦੀ ਨਾ ਜੀ ਮੈਂ ਨਹੀਂ ਅੱਜ ਜਾਂਦੀ, ਬੰਦੇ ਬਾਹਲੇ ਇਕੱਠੇ ਹੋ ਰਹੇ ਨੇ। ਨਾ ਨਾ ਜੀ, ਲੈ ਉਦੋਂ ਨਹੀਂ ਮੈਂ ਐਵੇਂ ਕਹਿੰਦੀ, ਉਹ ਤਾਂ ਮੈਂ ਆਪ ਹੀ ਤਰਪੂ।
ਹੈਂ ਦਿਲ ਦੀਆਂ ਗੱਲਾਂ ਆ ਹੀ ਗਈਆਂ ਜਵਾਨ ਤੇ ਫਿਰ ਹੈਂ ਉਹ ਤਾਂ ਮੈਂ ਲੈ ਕੇ ਜਾਊਂ ਤੈਨੂੰ ਨਾ ਜੋ ਲਿਖੀ ਗਈ ਮੇਰੇ ਹੁਣ ਹੁਣ ਨਹੀਂ ਰਹਿਣ ਦਿੰਦਾ ਇੱਥੇ ਤਾਂ ਹੀ ਤਾਂ ਚਾਂਬਲੇ ਫਿਰਦੇ ਆ ਤੁਸੀਂ ਯਾਰ ਚਾਂਬਲ ਨਹੀਂ ਆ ਤੇਰੇ ਵਰਗੀ ਕੁੜੀ ਹਰੇਕ ਨੂੰ ਥੋੜੀ ਮਿਲ ਜਾਂਦੀ ਆ ਨਾਲ ਨੈਤੀ ਕਹਿ ਦਿੰਦੇ ਆ ਮੈਂ ਤੈਨੂੰ ਮਿਲਣਾ ਮੈਂ ਤੈਨੂੰ ਮਿਲਣਾ ਹੁਣ ਵਿਆਹ 'ਚ ਥੋੜੇ ਦਿਨ ਤਾਂ ਰਹਿ ਗਿਆ ਇੰਨਾ ਤੇ ਵੀ ਸਬਰ ਨਹੀਂ ਹੁੰਦਾ ਤੁਹਾਡੇ ਤੋਂ ਯਾਰ ਇੱਕ ਗੱਲ ਦੱਸਾਂ ਸੱਚੋ ਸੱਚ ਤੇਰੀ ਸੌਂ ਇੱਕ ਇੱਕ ਦਿਨ ਨਾ ਸਾਲਾਂ ਵਾਂਗੂ ਲੱਗਦਾ ਮੇਰੇ ਤੋਂ ਬਸ ਮੈਨੂੰ ਤਾਂ ਐਂ ਹੁੰਦਾ ਬਸ ਤੂੰ ਕੋਲ ਹੀ ਬੈਠੀ ਰਹੀ ਸੌਂ ਲੱਗੇ ਤਾਂ ਹੀ ਸਬਰ ਟੁੱਟ ਜਾਂਦਾ ਤੇ ਦੂਜਾ ਸਬਰ ਟੁੱਟਣ ਦਾ ਕਾਰਨ ਇਹ ਆ ਵੀ ਆਹ ਤੇਰਾ ਸੂਟ ਉਹ ਦਰਜੀ ਮੈਨੂੰ ਫੋਨ ਕਰੀ ਜਾਂਦਾ ਤੇ ਮੈਨੂੰ ਐਵੇਂ ਸੀ ਵੀ ਤੂੰ ਜਲਦੀ ਜਲਦੀ ਆਪਦਾ ਸੂਟ ਪਾ ਕੇ ਮੈਨੂੰ ਫੋਟੋਆਂ ਜਿਹੀਆਂ ਭੇਜ ਦੇ ਹਾਏ ਸੋਹਣਾ ਹੈ ਨਾ ਮੇਰਾ ਸੂਟ ਉਹ ਵੀ ਤਾਂ ਸੋਹਣੀ ਹੈ ਨਾ ਸੋਹਣੇ ਬੰਦਿਆਂ ਵਾਸਤੇ ਸੋਹਣੇ ਸੂਟ ਹੀ ਹੁੰਦੇ ਠੀਕ ਹੈ ਨਾ ਹੁਣ ਛੱਡਦਾ ਮੈਂ ਤੈਨੂੰ ਜਾਂ ਰਹਿਣਾ ਅੱਜ ਇੱਧਰ ਨੂੰ ਵਗ ਚੱਲਦੇ ਨਹੀਂ ਨਹੀਂ ਛੱਡ ਦੂ ਆ ਜਾਓ ਨਹੀਂ ਇੱਧਰ ਹੀ ਚੱਲ ਵੜਦੇ ਆ ਇੱਧਰ ਵੀ ਜਾਵਾਂਗੇ ਚੱਲ ਠੀਕ ਹੈ ਚੱਲ ਬਾਕੀ ਸ਼ਾਲੂ ਚੁੱਪ ਹੋ ਜਾ ਫਿਰ ਕੀ ਹੋਇਆ ਉਹ ਕੀ ਮੁੰਡਾ ਕੀ ਕੁੜੀ ਆਪਾਂ ਨੂੰ ਤਾਂ ਦੋਨੇ ਇੱਕ ਬਰਾਬਰ ਨੇ ਤੂੰ ਐਵੇਂ ਘਬਰਾਇਆ ਨਾ ਕਰ ਉਹ ਤਾਂ ਮੈਂ ਸਮਝਦੀ ਹਾਂ ਜੀ ਪਰ ਬੇਬੇ ਉਹ ਤੂੰ ਟੈਨਸ਼ਨ ਨਾ ਲੈ ਜਿਹੜਾ ਕੁਛ ਹੋਊ ਉਹ ਬਾਅਦ ਚੋਂ ਦੇਖੀ ਜਾਊ ਆਪਾਂ ਨੇ ਕਿਹੜਾ ਦੱਸਣਾ ਬੇਬੇ ਨੂੰ ਵੀ ਇਸ ਵਾਰ ਟੈਸਟਾਂ ਦੇ ਵਿੱਚ ਕੁੜੀ ਆਈ ਹੈ ਉਹ ਤਾਂ ਮੈਂ ਸਮਝਦੀ ਹਾਂ ਪਰ ਜਿੰਨਾ ਟਾਈਮ ਹੈ ਮੇਰੇ ਅੰਦਰ ਉਨਾ ਟਾਈਮ ਤਾਂ ਲੁਕੋ ਰਹਿ ਜੂਗਾ ਜਦੋਂ ਇਹ ਦੁਨੀਆ ਤੇ ਆ ਗਈ ਫਿਰ ਕੀ ਬਣੂਗਾ ਉਦੋਂ ਤਾਂ ਬਸ ਜਾਂ ਤੂੰ ਨੀ ਜਾਂ ਮੈਂ ਨੀ ਹੋਰ ਕੀ ਬਣੂਗਾ ਬਣਨਾ ਕੀ ਹੈ ਮੈਂ ਹੈਗਾ ਨਾ ਤੇਰੇ ਨਾਲ ਤੂੰ ਐਵੇਂ ਟੈਨਸ਼ਨ ਨਾ ਲੈ ਕਰ ਤੁਸੀਂ ਮੇਰੇ ਨਾਲ ਹੋ ਨਾ ਓਹੋ ਮੈਂ ਹੈਗਾ ਨਾ ਨਾਲ ਤੇਰੀ ਤੂੰ ਐਵੇਂ ਘਬਰਾਇਆ ਨਾ ਕਰ ਅੱਜ ਤਾਂ ਬਾਲੇ ਖੁਸ਼ ਹੋਏ ਫਿਰਦੇ ਸੀ ਮੇਰੇ ਨਾਲ ਜ਼ਿਆਦਾ ਕਾਲੀ ਤਾਂ ਉਹਨਾਂ ਨੂੰ ਆਵਿਆ ਦੀ ਪਤਾ ਤਾਂ ਉਹਨਾਂ ਨੂੰ ਉਦੋਂ ਹੀ ਲੱਗਣਾ ਜਦੋਂ ਮੈਂ ਖਰਚਾ ਕਰਾਉਣਾ ਸ਼ੁਰੂ ਕਰਤਾ ਸੂਟ ਤਾਂ ਸੋਹਣਾ ਦੇ ਕੇ ਗਏ ਆ ਨਹੀਂ ਮਨੂ ਹਾਂ ਮੰਮੀ ਗੱਲ ਸੁਣ ਕੀ ਹੋ ਗਿਆ ਮੰਮੀ ਹੋਇਆ ਇਹਦੀ ਰੰਡੀ ਦੀ ਜਣੀ ਦੀ ਮਾਂ ਦਾ ਸਿਰ ਫਿਰ ਪੱਥਰ ਜੰਮਣ ਨੂੰ ਤਿਆਰ ਹੈ ਤੇਰਾ ਭਾਈ ਡਾਕਟਰ ਲਵੇ ਲੈ ਕੇ ਗਿਆ ਸੀ ਇਹਨੂੰ ਫਿਰ ਕੁੜੀ ਹੈ ਮੰਮੀ ਫਿਰ ਕੀ ਹੋ ਗਿਆ ਨਾਲੇ ਆਪਾਂ ਭਾਬੀ ਦੀਆਂ ਜਿਹੜੀਆਂ ਪਹਿਲਾਂ ਦੋ ਸਫਾਈਆਂ ਕਰਾਈਆਂ ਕੀ ਪਤਾ ਉਹਨਾਂ ਦਾ ਸ਼ਰਾਫ ਹੀ ਲੱਗਿਆ ਹੋਵੇ ਜਿਹੜਾ ਬਾਪੂ ਵੀ ਇਸ ਦੁਨੀਆਂ 'ਚ ਨਹੀਂ ਰਿਹਾ ਆਪਣੇ ਨਾਲ ਨਹੀਂ ਇਹੋ ਜਿਹਾ ਸ਼ਰਾਬੀ ਦੀ ਅਤੇ ਇਹੋ ਜਿਹਾ ਸ਼ਰਾਫਾਂ ਦੀ ਮੋਟ ਹੋਈ ਮੈਂ ਨਹੀਂ ਕੁਝ ਜਾਣਦੀ ਨਾਲੇ ਤੂੰ ਮੇਰੀ ਜੰਮੀ ਮੈਨੂੰ ਹੀ ਅਕਲਾ ਮੰਮੀ ਤੈਨੂੰ ਅਕਲਾਂ ਦੇ ਨਾਲ ਤਾਂ ਕੌਣ ਜੰਮਿਆ ਤੂੰ ਤਾਂ ਕਦੇ ਡੈਡੀ ਦੀ ਵੀ ਨਹੀਂ ਸੁਣੀ ਸੀ ਆਈ ਵੱਡੀ ਸਿਆਣੀ ਕਰਾਉਣੀ ਇਹਦੀ ਮੈਂ ਸਫਾਈ ਮੈਨੂੰ ਪੋਤਾ ਚਾਹੀਦਾ ਪੋਤਾ ਇਹ ਪੱਥਰ ਨਹੀਂ ਨਾਲੇ ਤੈਨੂੰ ਪੁੱਛਦੀ ਹਾਂ ਬਣਿਆ ਫਿਰਦਾ ਵੱਡਾ ਸਿਆਣਾ ਉਹ ਜੱਗੇ ਜੱਟ ਦੇ ਕਬੂਤਰ ਕਿੰਨੇ ਬਈ ਜੱਗੇ ਜੱਟ ਦੇ ਹਾਏ ਜੱਟ ਦੇ ਕਬੂਤਰ ਕਿੰਨੇ ਨਦੀਓਂ ਪਾਰ ਚੁੱਕਦੇ ਦਾਣੇ ਦਾਣੇ ਗਿਆ ਆ ਕੰਮ ਕਾਰ ਚ ਫਸਿਆ ਰਹਿਣਾ ਰੋਟੀ ਪਾਣੀ ਵੀ ਟਾਈਮ ਨਾਲ ਖਾ ਲਿਆ ਕਰ ਹੋ ਆ ਗਈ ਬੇਬੇ ਨਾਲੇ ਮੈਂ ਤਾਂ ਇੱਥੇ ਖਾ ਪੀ ਕੇ ਲੱਗਦਾਗਾ ਨਾ ਪੁੱਤ ਕੱਲ ਡਾਕਟਰ ਲਵੇ ਗਿਆ ਸੀ ਸੁੱਖ ਸ਼ਾਂਤ ਹੈ ਸਭ ਠੀਕ ਠਾਕ ਹੈ ਕੀ ਕਹਿੰਦਾ ਡਾਕਟਰ ਡਾਕਟਰ ਨੇ ਕੀ ਕਹਿਣਾ ਮਾਤਾ ਕਰਨਾ ਤਾਂ ਉਹ ਨੀਲੀ ਛਾਤੀ ਵਾਲਾ ਨਾ ਨਾਲੇ ਇਸ ਵਾਰ ਤਾਂ ਆਪਾਂ ਨੂੰ ਖੁਸ਼ਖਬਰੀ ਹੀ ਮਿਲੂਗੀ ਅੱਛਾ ਆ ਗਈ ਪੁੱਤ ਰਿਪੋਰਟ ਰਿਪੋਰਟ ਤਾਂ ਮਾਤਾ ਤੈਨੂੰ ਪਤੀ ਹੈ ਇੱਕ ਅੱਧੇ ਦਿਨ ਲੇਟ ਆਉਂਦੀ ਹੈ ਜਿਹੜਾ ਸੱਚ ਉਹ ਸਾਹਮਣੇ ਆਜੂ ਉਹ ਮਾਤਾ ਰਿਪੋਰਟਾਂ ਨੇ ਕਿਹੜਾ ਝੂਠ ਬੋਲਣਾ ਪੁੱਤ ਰਿਪੋਰਟਾਂ ਤਾਂ ਝੂਠ ਨਹੀਂ ਬੋਲਦੀਆਂ ਪਰ ਮੇਰਾ ਢਿੱਡੋ ਜੰਮਿਆ ਜ਼ਰੂਰ ਮੈਨੂੰ ਝੂਠ ਬੋਲਣ ਲੱਗ ਪਿਆ ਮੇਰੀ ਗੱਲ ਸੁਣ ਲਾ ਆ ਤੇਰੀ ਰਾਮ ਕਹਾਣੀ ਕੱਲ੍ਹ ਮੈਂ ਸੁਣ ਲਈ ਸੀ ਸਾਰੀ ਇਹਦੀ ਸਫਾਈ ਕਰਾ ਦੇ ਤੈਨੂੰ ਦਫਾ ਕਰੇ ਦੇ ਪੇਕਿਆਂ ਨੂੰ ਤਲਾਕ ਦੇ ਇਹਨੂੰ ਮੈਨੂੰ ਪੱਥਰ ਨਹੀਂ ਚਾਹੀਦਾ ਮੈਨੂੰ ਪੋਤਾ ਚਾਹੀਦਾ ਪੋਤਾ
ਅਰੇ ਜਿੰਨੇ ਤੈਨੂੰ ਕਿੱਲੇ ਆਉਂਦੇ ਨੇ ਨਾ ਜ਼ਮੀਨ ਦੇ, ਤੇਰੇ ਤਾਂ ਰਿਸ਼ਤੇ ਅੱਗੇ ਪਿੱਛੇ ਫਿਰਨ। ਇਹਨੂੰ ਕਲਮੋਹੀ ਨੂੰ ਇਹਦੇ ਪੇਕੀ ਧੱਕੇ ਆ, ਲੋੜ ਨੀ ਮੈਨੂੰ ਇਹਨੂੰ ਰੱਖਣ ਦੀ। ਰਿਪੋਰਟਾਂ ਝੂਠ ਨਹੀਂ ਬੋਲਦੀਆਂ, ਮੇਰਾ ਜੰਮਿਆ ਆ ਮੈਨੂੰ ਝੂਠ ਬੋਲੀ ਜਾਂਦਾ। ਦੇਖ ਮਾਂ, ਮੈਂ ਤੇਰੇ ਮੂਹਰੇ ਹੱਥ ਮੰਨਦਾ, ਐ ਨਾ ਬੋਲ। ਮਤਲਬ ਇਸ ਵਾਰ ਤਾਂ ਡਾਕਟਰ ਨੇ ਵੀ ਕਹਿਤਾ ਵੀ ਪਹਿਲਾਂ ਦੋ ਸਫਾਈਆਂ ਕਰਾਤੀਆਂ, ਹੁਣ ਇਹਦੀ ਜਾਨ ਨੂੰ ਖਤਰਾ। ਖਤਰਾ ਉੱਥੇ ਮਰੇ ਪਰੇ ਮੇਰੇ ਖਾਈਓ, ਖਰੇ ਕਿਹੜੀ ਮਸ਼ੀਨ ਅੰਦਰ ਫਿੱਟ ਕਰ ਰੱਖੀ ਹੈ, ਕੁੜੀਆਂ ਜੰਮੀ ਜਾਂਦੀ ਹੈ, ਆਂਢਣਾ ਗੁਆਂਢਣਾ ਦੇ ਮੁੰਡਾ ਤੇ ਮੁੰਡਾ ਠਾ ਮੁੰਡਾ, ਤੇ ਇਹ ਕਲਮੋਹੀ। ਮੇਰੀ ਗੱਲ ਸੁਣ ਲਾ ਕਾਕਾ, ਤਫਾ ਕਰ ਇਹਨੂੰ, ਮੈਨੂੰ ਨਹੀਂ ਲੋੜ ਇਹੋ ਜਿਹੀ ਦੀ ਕਲਮੋਹੀ ਦੀ। ਜੋ ਮੈਂ ਕਹਿਣਾ ਸੀ ਕਹਿ ਦਿੱਤਾ। ਪਰ ਮਾਂ, ਕਾਹਨੂੰ ਵਸਿਆ ਵਸਾਇਆ ਘਰ ਜਾਣਦੀ ਹੈ? ਦੇ ਪੁੱਤ, ਮੈਂ ਤਾਂ ਆਥਣ ਨੂੰ ਤੇਰੇ 50 ਘਰ ਵਸਾ ਦਾਂ ਇੱਦਾਂ ਦੇ ਜਿੰਨੀ ਤੇਰੇ ਕੋਲ ਜ਼ਮੀਨ ਹੈ। ਕਲਮੋਹੀ ਦਾ ਖੈੜਾ ਛੱਡ ਪੁੱਤ, ਜ਼ਿੰਮੇਵਾਰੀਆਂ 'ਚ ਤੇਰੀ ਸਾਰੀ ਉਮਰ ਲੰਘ ਜੂਗੀ। ਪੁੱਤ, ਮੈਂ ਤੇਰੀ ਮਾਂ ਹਾਂ, ਮੈਂ ਤੇਰਾ ਬੁਰਾ ਥੋੜ੍ਹੀ ਸੋਚਣਾ। ਤੂੰ ਆਪ ਸਮਝਦਾਰ ਹੈ, ਕਿੱਥੇ ਕੁੜੀਆਂ ਪੜ੍ਹਾਉਂਦਾ ਲਿਖਾਉਂਦਾ ਫਿਰੂਗਾ, ਤੇਰੀ ਪੱਗ ਰੋਲ ਦੇਣਗੀਆਂ ਜੰਮ ਕੇ, ਨਾਲੇ ਇਹਦਾ ਕਲਮੋਹੀ ਦਾ ਕੀ ਪਤਾ ਕੁੜੀਆਂ ਹੀ ਜੰਮੀ ਜਾਵੇ। ਇਹਦਾ ਖਾਹਾ ਵੱਢ ਪੁੱਤ। ਸੋਚ ਮੇਰਾ ਪੁੱਤ, ਮੈਂ ਤੇਰਾ ਮਾੜਾ ਨਹੀਂ ਚਾਹੁੰਦੀ। ਗੱਲ ਤਾਂ ਵਾ ਤੂੰ ਸਹੀ ਕਹਿਣੀ ਹੈ, ਕਿੰਨੇ ਕੁ ਸਫਾਈਆਂ ਕਰੀ ਜਾਵਾਂਗੇ ਆਪਾਂ, ਨਾਲੇ ਆਪਣੀ ਜ਼ਮੀਨ ਜਾਇਦਾਦ ਦਾ ਵੀ ਤਾਂ ਕੋਈ ਵਾਰਸ ਹੋਣਾ ਚਾਹੀਦਾ ਨਾ ਬਾਅਦ ਚ। ਇਹ ਤਾਂ ਗੱਲ ਹੈ, ਬਗਾਨਿਆਂ ਪੁੱਤਾਂ ਨੂੰ ਆਪਾਂ ਜ਼ਮੀਨ ਦੇਵਾਂਗੇ ਆਪਣੀ? ਜਵਾਈ ਭਾਈ ਕਾਲੇ ਨਾਗ ਹੁੰਦੇ ਨੇ, ਆਪਣਾ ਢਿੱਡੋ ਜੰਮਿਆ ਹੋਊ, ਆਪਣੀ ਜ਼ਮੀਨ ਜਾਇਦਾਦ ਤਾਂ ਸਾਂਭੂਗਾ। ਚੰਗੀ ਤਰ੍ਹਾਂ ਮੇਰਾ ਪੁੱਤ ਸੋਚ ਵਿਚਾਰ ਕਰ ਲੈ। ਬਸ ਮਾਤਾ, ਸੋਚ ਲਿਆ ਫਿਰ ਮੈਂ ਤਾਂ। ਆਹ ਕਿੰਨਾ ਕੁ ਚਿਰ ਆਪਾਂ ਲੱਖ ਲੱਖ ਰੁਪਇਆ ਦੇ ਕੇ ਸਫਾਈਆਂ ਕਰਾਉਂਦੇ ਫਿਰੀ ਜਾਵਾਂਗੇ? ਬਸ ਹੁਣ ਤਾਂ ਇਹਨੂੰ ਮੈਂ ਤਲਾਕ ਹੀ ਦਊਂਗਾ। ਬਸ ਪੁੱਤ, ਇੱਕ ਵਾਰ ਕੁੜੀ ਦਾ ਵਿਆਹ ਹੋ ਲੈਣ ਦੇ, ਫਿਰ ਤੇਰੇ ਹੀ ਕਾਜ ਰਚਾਉਣੇ ਆ। ਹਾਂਜੀ ਹਾਂਜੀ, ਮੇਰਾ ਲਹਿੰਗਾ ਵੀ ਇਸੇ ਰੰਗ ਦਾ ਹੀ ਆ ਜਿਹੜੀ ਤੁਸੀਂ ਸ਼ੇਰਵਾਨੀ ਦਿਖਾਈ ਜਾਂਦੇ ਆ, ਬਹੁਤ ਸੋਹਣੀ ਲੱਗਦੀ ਆ ਤੁਹਾਡੇ ਭਾਈ। ਸੇਮ ਹੀ ਆ ਕਲਰ, ਬਿਲਕੁਲ ਬਹੁਤ ਸੋਹਣਾ ਲੱਗੂਗਾ ਆਪਣੇ ਦੋਵਾਂ ਦੇ। ਨਹੀਂ ਨਹੀਂ ਯਾਰ, ਹੁਣ ਨਹੀਂ ਮੈਂ ਆ ਸਕਦੀ, ਪਰਸੋਂ ਨੂੰ ਤਾਂ ਹਲਵਾਈ ਆ ਜਾਣਾ, ਰਿਸ਼ਤੇਦਾਰ ਵੀ ਆਉਣੇ ਸ਼ੁਰੂ ਹੋ ਜਾਣੇ ਆ, ਹੁਣ ਤਾਂ ਆਪਾਂ ਵਿਆਹ 'ਤੇ ਹੀ ਮਿਲਾਂਗੇ। ਚਲੋ ਮੈਂ ਤੁਹਾਡੇ ਨਾਲ ਕਰਦੀ ਹਾਂ ਗੱਲ ਬਾਅਦ 'ਚੋਂ। ਭਾਬੀ ਕੀ ਹੋਇਆ, ਐਵੇਂ ਟੈਨਸ਼ਨ ਜੀ 'ਚ ਕਾਹਤੋਂ ਬੈਠੇ ਆ? ਕਾਹਦੀ ਟੈਨਸ਼ਨ ਆ ਤੁਹਾਨੂੰ? ਟੈਨਸ਼ਨ ਹੋਰ ਕਾਹਦੀ ਹੋਣੀ ਆ, ਬਸ ਤੇਰੀ ਆ। ਤੂੰ ਥੋੜ੍ਹੇ ਦਿਨਾਂ ਤੱਕ ਨਾ ਵਿਆਹ ਕੇ ਇੱਥੋਂ ਚਲੀ ਜਾਣਾ। ਜਿਸ ਦਿਨ ਦੀ ਮੈਂ ਘਰ 'ਚ ਆਈ ਸੀ ਨਾ, ਮੈਂ ਤੈਨੂੰ ਕਦੇ ਆਪਦੀ ਨਣਦ ਨਹੀਂ, ਆਪਦੀ ਛੋਟੀ ਭੈਣ ਹੀ ਸਮਝਿਆ ਸੀ। ਹੁਣ ਤੇਰੇ ਜਾਣ ਤੋਂ ਬਾਅਦ ਇਹ ਘਰ 'ਚ ਫਿਰ ਮੈਂ ਇਕੱਲੀ ਰਹਿ ਜਾਣਾ। ਓਹੋ ਭਾਬੀ, ਫਿਰ ਕੀ ਆ, ਨਾਲੇ ਕੁੜੀਆਂ ਦਾ ਵਿਆਹ ਤਾਂ ਹੋਣਾ ਹੀ ਹੁੰਦਾ ਨਾ, ਤੁਸੀਂ ਨਹੀਂ ਵਿਆਹ ਕੇ ਇਸ ਘਰੇ ਆਏ? ਇਹ ਤਾਂ ਦੁਨੀਆਂ ਦਾ ਦਸਤੂਰ ਹੀ ਆ, ਕੁੜੀਆਂ ਦੇ ਦੋ ਘਰ ਹੁੰਦੇ ਆ, ਵਿਆਹ ਕੇ ਤਾਂ ਮੈਨੂੰ ਵੀ ਜਾਣਾ ਹੀ ਪੈਣਾ। ਉਹ ਤਾਂ ਠੀਕ ਹੈ, ਪਰ ਤੇਰੇ ਜਾਣ ਤੋਂ ਬਾਅਦ ਨਾ ਮੇਰਾ ਨਹੀਂ ਦਿਲ ਲੱਗਣਾ। ਭਾਬੀ ਐਵੇਂ ਨਾ ਕਰੀ, ਚਲੋ ਫਿਰ ਮੈਂ ਜਾਣਾ ਵੀ ਨਹੀਂ। ਨਾ ਨਾ, ਤੂੰ ਤਾਂ ਜਾ ਜਾ। ਅੱਛਾ ਭਾਬੀ, ਮੇਰੀ ਪਿਆਰੀ ਦੇ ਨਾਲ। ਮਨੂ ਆਹੋ, 5 ਮਿੰਟ ਹੋਰ ਕੀ, ਅੱਧਾ ਘੰਟਾ ਹੋ ਗਿਆ ਤੈਨੂੰ। ਦੇਖੀ ਮੇਰੇ 3-4 ਦੋਸਤਾਂ ਦੇ ਫੋਨ ਆ ਗਏ, ਕਹਿੰਦੇ ਆ ਵੀ ਵਿਆਹ ਚੁੱਪ ਚਾਪ ਕਰਾ ਲਿਆ, ਹੁਣ ਪਾਰਟੀ ਵੀ ਨਹੀਂ ਦਿੰਦਾ। ਅੱਛਾ, ਜਨਾਬ ਨੇ ਬਾਹਰ ਪਾਰਟੀ ਕਰਨ ਜਾਣਾ? ਉਹ ਤੂੰ ਉਦੋਂ ਤਾਂ ਕਹਿੰਦੇ ਸੀ ਵਿਆਹ ਤੋਂ ਪਹਿਲਾਂ ਮੈਂ ਤੇਰੇ ਨਾਲ ਕਰਨੀ ਆ ਪਹਿਲੀ ਪਾਰਟੀ। ਅੱਛਾ, 3-4 ਦਿਨ ਲੰਘੇ ਨੇ, ਇਦੋਂ ਪਹਿਲਾਂ ਤੇਰੇ ਆਹ ਬਸ ਤਾਨੇ ਮਿਹਣੇ ਨਖਰੇ ਵੀ ਚੱਲ ਪਏ। ਕੋਈ ਨੀ, ਤੇਰੇ ਨਾਲ ਵੀ ਕਰੂੰਗਾ, ਸਾਰੀ ਉਮਰੇ ਕਰਨੀਆਂ ਨੇ ਪਾਰਟੀਆਂ, ਹਨਾ। ਨਾਲੇ ਤੁਸੀਂ ਨਾ ਮੈਨੂੰ ਸ਼ਾਪਿੰਗ ਕਰਾਉਣ ਲੈ ਜਾਓ, ਕਿ ਉਹੀ ਸੂਟ ਜੇ ਪਾਈ ਜਾਨੀ ਆ ਬਦਲ ਬਦਲ ਕੇ। ਸ਼ਾਪਿੰਗ, ਮੇਰੀ ਗੱਲ ਸੁਣ, ਮੰਮੀ ਡੈਡੀ ਹੋਰੀਆਂ ਨੂੰ ਗਿਆ ਨੂੰ 3 ਦਿਨ ਹੋਏ ਨੇ ਹਲੇ,
ਕਿਵੇਂ ਕਹਿ ਦਾਂ ਉਹਨਾਂ ਨੂੰ ਭਾਪੀ ਨੂੰ ਤਾਂ ਗੂਗਲ ਪੇ ਵੀ ਨਹੀਂ ਚਲਾਉਣਾ ਆਉਂਦਾ ਵੀ ਮੈਨੂੰ ਪੈਸੇ ਦੇ ਦਿਓ ਹੈ ਨਾ ਪੈਸੇ ਆ ਜਾਣਗੇ ਤਨਖਾਹ ਆ ਜਾਣਗੇ ਮੇਰੀ ਫਿਰ ਤੈਨੂੰ ਸ਼ੋਪਿੰਗ ਕਰਾਊਂਗਾ ਨਾਲੇ ਆਹ ਨਵੇਂ ਸੂਟ ਹੈਗੇ ਤਾਂ ਹੈਗੇ ਨੇ ਵਿਆਹ ਤੋਂ ਬਾਅਦ ਨਾ ਇੱਕ ਸੂਟ ਪਾ ਲਓ ਪੁਰਾਣਾ ਹੀ ਲੱਗਦਾ ਦੂਰੀ ਵਰ ਪਾਉਣ ਨੂੰ ਜੀ ਨਹੀਂ ਕਰਦਾ ਉਸ ਸੂਟ ਨੂੰ ਮੈਂ ਦੇਖ ਲਓ ਉਹੀ ਬਦਲ ਬਦਲ ਪਾਈ ਜਾਂਦੀ ਹਾਂ ਪਰ ਜੋੜ ਤੇ ਹੱਥ ਨਾ ਲਾ ਮੈਂ ਬਸ ਹਾਂ ਨਿਕਲ ਜਾ ਐ ਕਰ ਕਰਕੇ ਹਾਂ ਹਾਂ ਮਨੂ ਬਾਕੀ ਤਾਂ ਮੈਂ ਸਾਰਾ ਕੁਝ ਤੈਨੂੰ ਦੱਸ ਹੀ ਦਿੱਤਾ ਸੀਗਾ ਆਪਣਾ ਬੈਗ ਚੈੱਕ ਕਰ ਲਿਆ ਸੀ ਨਾ ਸਾਰੇ ਸੂਟ ਉਹ 'ਚ ਹੀ ਨੇ ਦੇਖ ਤਾਂ ਲਏ ਸੀ ਇੱਕ ਵਾਰੀ ਹਾਂ ਅੱਛਾ ਕੁੜੇ ਸ਼ਾਲੂ ਸ਼ਾਲੂ ਤੂੰ ਆਪਦੇ ਕੰਮ ਕਰ ਲੈ ਮੈਂ ਤੇਰੇ ਨਾਲ ਫਿਰ ਗੱਲ ਕਰਦੀ ਹਾਂ ਲੈ ਆ ਬੈਠੀ ਆ ਢਿੱਡ ਤੇ ਹੱਥ ਰੱਖ ਕੇ ਮਾਰਦੀ ਗੱਲਾਂ ਹਾਂਜੀ ਮੰਮੀ ਜੀ ਕਿਹਦਾ ਫੋਨ ਸੀ ਨੀ ਮੰਮੀ ਜੀ ਉਹ ਮਨੂ ਦਾ ਫੋਨ ਆਇਆ ਸੀ ਉਹਦੇ ਨਾਲ ਗੱਲ ਕਰ ਰਹੀ ਸੀ ਮਨੂ ਦਾ ਫੋਨ ਸੀ ਖੜਾ ਛੱਡ ਦੇ ਮੇਰੀ ਧੀ ਦਾ ਹੁਣ ਤਾਂ ਮੈਂ ਵਿਆਹ ਕੇ ਤੋਰਤੀ ਆਪਣਾ ਮਨਹੂਸ ਪਰਛਾਵਾਂ ਮੇਰੀ ਧੀ ਤੇ ਨਾ ਪਾ ਦੇ ਮੈਂ ਤਾਂ ਉਹ ਬੇਲੇ ਨੂੰ ਪਛਤਾਉਣੀ ਆ ਜਦੋਂ ਧੌਲੀ ਦਾੜੀ ਵਾਲੇ ਤੇਰੇ ਪੇ ਦੀਆਂ ਲੀਲਕਾਂ ਸੁਣ ਕੇ ਮੈਂ ਤੇਰਾ ਰਿਸ਼ਤਾ ਲੈ ਲਿਆ ਸੀ ਕਲਮੂ ਹੀ ਆ ਵੱਜੀ ਮੇਰੇ ਮੱਥੇ ਤੇਰਾ ਤਾਂ ਮੱਥਾ ਡੁੰਮਣਾ ਹੀ ਪੈਣਾ ਮੈਨੂੰ ਮੰਮੀ ਜੀ ਮੈਂ ਦੱਸੋ ਕੀ ਕਿਹਾ ਤੁਹਾਨੂੰ ਨਾ ਤੂੰ ਕਾਹਨੂੰ ਕਹਿੰਦੀ ਆ ਕਲਮੂ ਹੀ ਹੈ ਕਹਿੰਦੀ ਤਾਂ ਤੇਰੀ ਆ ਕੁੱਖ ਹੈ ਜਿਹੜੀਆਂ ਕੁੜੀਆਂ ਜੰਮੀ ਜਾਂਦੀ ਹੈ ਨੀ ਐਡਾ ਮੇਰਾ ਮਹਿਲ ਮਨਾਰਾ ਤੂੰ ਸਾਨੂੰ ਇੱਕ ਬਾਸ ਨਹੀਂ ਦੇ ਸਕਦੀ ਮੰਮੀ ਜੀ ਇਹ 'ਚ ਮੈਂ ਕੀ ਕਰ ਸਕਦੀ ਹਾਂ ਇਹ ਕਿਹੜਾ ਮੇਰੇ ਹੱਥ 'ਚ ਇਹ ਤਾਂ ਰੱਬ ਦੀ ਮਰਜ਼ੀ ਆ ਨਾ ਰੱਬ ਦੀ ਮਰਜ਼ੀ ਇਹਦੇ ਤੇ ਤਾਂ ਚੱਲ ਗਈ ਪਰ ਤੁਹਾਡੇ ਤੇ ਨਹੀਂ ਮੈਂ ਚੱਲਣ ਦਿੰਦੀ ਤੁਹਾਡੇ ਤੇ ਤਾਂ ਮੇਰੀ ਮਰਜ਼ੀ ਚੱਲੂ ਤੇਰਾ ਮੱਥਾ ਤਾਂ ਮੈਂ ਡੰਮ ਕੇ ਸਾਹ ਲਊ ਭਾਈ ਵੱਡੀ ਮਰਜ਼ੀ ਵਾਲੀ ਕਰਦੀ ਤੇਰਾ ਕੋਈ ਹੀਲਾ ਵਸੀਲਾ ਮੰਮੀ ਜੀ ਇਹ ਤਾਂ ਮੇਰੇ ਨਾਲ ਨੇ ਨਾ ਬਸ ਮੈਨੂੰ ਹੋਰ ਕਸ ਦੀ ਫਿਕਰ ਨਹੀਂ ਹੈਗੀ ਅੱਛਾ ਜੰਮਿਆ ਮੈਂ ਪਾਲਿਆ ਮੈਂ ਪੜਾਇਆ ਲਿਖਾਇਆ ਮੈਂ ਤੇ ਤੂੰ ਵਿਆਹ ਕਰਾ ਕੇ ਕਹਿੰਦੀ ਮੇਰੇ ਨਾਲ ਐ ਨੀ ਮੈਂ ਤੇਰੀਆਂ ਉਂਗਲਾਂ ਤੇ ਨੱਚਣ ਦਿੰਦੀ ਤੇਰਾ ਮੱਥਾ ਤਾਂ ਡੰਮ ਕੇ ਸਾਹ ਲਊ ਆਈ ਵੱਡੀ ਨਿਆਲਾ ਮੇਰੇ ਮੰਮੀ ਜੀ ਤੁਸੀਂ ਕੁਛ ਮਰਜ਼ੀ ਬੋਲੋ ਜਿੰਨਾ ਟਾਈਮ ਇਹ ਮੇਰੇ ਨਾਲ ਨੇ ਨਾ ਮੈਨੂੰ ਕਸ ਦੀ ਫਿਕਰ ਨਹੀਂ ਆਲੋ ਮਿੱਠਾ ਜ਼ਿਆਦਾ ਤਾਂ ਨਹੀਂ ਪਾਇਆ ਨਹੀਂ ਹੱਥ ਲਾ ਕੇ ਮਿੱਠਾ ਹੋ ਗਿਆ ਹੋਊਗਾ ਫਿਰ ਤਾਂ ਹਾਂਜੀ ਹੁਕਮ ਮੈਂ ਤੁਹਾਨੂੰ ਐਵੇਂ ਕਹਿਣਾ ਸੀ ਮੰਮੀ ਹੁਣੀ ਕਦੋਂ ਕਹਿਣਗੇ ਅੱਜ ਤੁਸੀਂ ਵੀ ਕੰਮ ਤੇ ਚਲੇ ਗਏ ਤੇ ਮੰਮੀ ਹੁਣੀ ਵੀ ਉੱਧਰ ਗਏ ਹੋਏ ਆ ਮੈਂ ਤਾਂ ਨਾ ਘਰੇ ਇਕੱਲੀ 'ਚ ਰਹਿ ਗਈ ਸੀ ਮੇਰਾ ਤਾਂ ਮਨ ਜਾ ਨਹੀਂ ਲੱਗਾ ਸੀ ਜੇ ਨਹੀਂ ਲੱਗਿਆ ਹੁਣ ਤਾਂ ਕਿਆ ਦੇਖ ਲਾ ਜੇ ਨਹੀਂ ਲੱਗਿਆ ਲਵਾ ਦਿੰਦਾ ਫਿਰ ਮੈਂ ਜੋਕਰ ਬਣ ਕੇ ਨੱਚੂਗਾ ਤੈਨੂੰ ਮੁਰੇ ਫਿਰ ਤਾਂ ਹੱਸੇ ਲਏਂਗੇ ਆਏ ਹਾਏ ਆਹ ਸਮਝ ਚਾਹੀਦੀ ਆ ਜੇ ਮੰਮੀ ਉਰੀ ਦੀ ਗੱਲ ਕਰਦੀ ਹਾਂ ਗਏ ਤਾਂ ਉਹ ਮੈਨੂੰ ਤੀਰਥ ਯਾਤਰਾ 'ਤੇ ਕਹਿ ਕੇ ਸੀ ਪਰ ਮੈਨੂੰ ਲੱਗਦਾ ਹੁਣ ਉਹ ਮੁੜਨਗੇ ਚਲੋ ਉਹਨਾਂ ਨੂੰ ਵੀ ਆਪਣੇ ਕਰਕੇ ਮੌਕਾ ਮਿਲਿਆ ਨਾਲੇ ਮੈਨੂੰ ਪੇਕੇ ਹੀ ਛੱਡ ਆਉਂਦੇ ਚਾਰ ਪੰਜ ਦਿਨ ਲਈ ਓਹੋ ਬੱਲੇ ਮੈਡਮ ਹਿਸਾਬ ਵੀ ਦਿੱਤਾ ਹੁਣ ਤਾਂ ਹੁਣ ਪੇਕੇ ਛੱਡ ਆਉਂਦੇ ਮੈਡਮ ਨੂੰ ਕਿਉਂ ਬਈ ਮੇਰਾ ਦਿਲ ਜਿਹਾ ਕਰਦਾ ਸੀ ਮੈਂ ਇਹਨਾਂ ਨੂੰ ਮੰਮੀ ਉਰੀ ਨਹੀਂ ਆਉਂਦੇ ਚਾਰ ਪੰਜ ਦਿਨ ਮੈਂ ਕੀ ਕਰੂੰਗਾ ਗੱਲਾਂ ਫਿਰ ਅੱਛਾ ਹੁਣ ਤੁਸੀਂ ਐਵੇਂ ਕਹਿੰਦੇ ਆ ਵੀ ਮੈਂ ਤੁਹਾਨੂੰ ਵੀ ਨਾਲ ਹੀ ਲੈ ਜਾ ਨਾ 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 ਮੈਂ ਇਹ ਕਹਿਣਾ ਵੀ ਤੂੰ ਰਹਿ ਹੀ ਜਾ ਮੈਂ ਤਾਂ ਜਾਣਾ ਹੁਣ ਫਿਰ ਜਦੋਂ ਹੁਕਮ ਹੋ ਗਏ ਕੌਣ ਟਾਲ ਸਕਦਾ ਪਰ ਇੱਕ ਗੱਲ ਆ ਕਿੰਨੇ ਦਿਨ ਰਹਿਣੇ ਨੇ ਚਾਰ ਪੰਜ ਦਿਨ ਨਾ 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 ਚਾਰ ਪੰਜ ਦਿਨ ਕਾਹਦੇ ਬਾਈ ਜੇ ਤਾਂ ਇੱਕ ਦਿਨ ਜਾਣਾ ਸ਼ਾਮ ਨੂੰ ਕਹਿ ਦੀ ਛੱਡ ਜੇ ਤਾਂ ਚੱਲ ਜਾ ਤੇ ਤੁਸੀਂ ਵਿਆਹ ਤੋਂ ਪਹਿਲਾਂ ਵੀ ਤਾਂ ਰਹਿੰਦੇ ਸੀ ਨਾ ਮੈਂ ਨਹੀਂ ਰਹਿ ਸਕਦਾ ਬਾਈ ਜਾਂ ਫਿਰ ਨਾਲ ਹੀ ਚੱਲਦੇ ਉਹ ਚੱਲ ਛੱਡ ਯਾਰ ਮਸਲਾ ਹੀ ਛੱਡ ਆਪਾਂ ਨਾਲ ਹੀ ਚੱਲਦੇ ਠੀਕ ਆ
ਇਹਨੂੰ ਬਸ ਥੋੜ੍ਹਾ ਜਿਹਾ ਹੋਰ ਮਿੱਠਾ ਕਰ ਦੇ, ਬਸ ਤੜਕੇ ਚੱਲਾਂਗੇ, ਟੈਨਸ਼ਨ ਨਾ ਲੈ, ਇਹਨੂੰ ਮਿੱਠਾ ਕਰ ਦੇ ਕਰ ਦੇ ਪੱਕਾ ਚੱਲੋਗੇ ਨਾ? ਕੋਈ ਚੱਲਾਂਗੇ, ਤੂੰ ਮਿੱਠਾ ਤਾਂ ਕਰ ਦੇ। ਮੈਨੂੰ ਨਹੀਂ ਪਸੰਦ ਦੁੱਧ, ਐਵੇਂ ਪਿਆ ਦਿੰਦੇ ਆ ਤੁਸੀਂ ਮੈਨੂੰ ਧੱਕੇ ਨਾਲ। ਇੱਕ ਗੁੱਟ ਭਰਾਈ ਆ, ਅੱਜ ਤਾਂ ਸਟਾਰਟਿੰਗ ਆ, ਦੇਖ ਅੱਜ ਇੱਕ ਗੁੱਟ ਮੈਨੂੰ ਦੋ, ਗੁੱਟਾਂ ਹੌਲੀ ਹੌਲੀ ਗਲਾਸ ਚੱਲ। ਅੱਗੇ ਘੱਟ ਮੋਟੀ ਆ, ਕੁਛ ਨਹੀਂ ਹੁੰਦਾ। ਚੱਲ ਠੀਕ ਆ, ਕੱਲ੍ਹ ਨੂੰ ਛੇਤੀ ਤਿਆਰ ਹੋ ਜਾਈ, ਠੀਕ ਆ? ਮੈਂ ਇੱਕ ਫੋਨ ਕਰਿਆ ਵਾਂ, ਫੋਨ ਮੇਰਾ ਬਾਹਰ ਚਾਰਜ 'ਤੇ ਲੱਗਿਆ, ਉਹਨੂੰ ਕਹਿ ਵੀ ਭਾਈ ਕੱਲ੍ਹ ਨੂੰ ਮੈਂ ਆਫਿਸ ਨਹੀਂ ਆਉਂਦਾ, 3-4 ਦਿਨਾਂ ਵਾਸਤੇ ਆਪਾਂ ਚੱਲੇ ਹਾਂ ਸੌਰੀ। ਲੈ ਨੀ ਮੇਰੀ ਧੀ ਆ ਗਈ, ਆਜਾ ਮੇਰੀ ਧੀ, ਮੈਂ ਤਾਂ ਕਦੋਂ ਦੀ ਉਡੀਕਦੀ ਆ। ਬਾਈ ਸਤਿ ਸ਼੍ਰੀ ਅਕਾਲ, ਕਿਵੇਂ ਆ ਨੂੰ? ਵਧੀਆ ਵਧੀਆ। ਲੈ ਤਾਂ ਸੁੱਖਾਂ ਦਾ ਮੇਰਾ ਜਵਾਈ, ਰਾਜੀ ਵਧੀਆ ਵਧੀਆ, ਤੂੰ ਦੱਸ? ਠੀਕ ਹੈ ਜੀ। ਹੋਰ ਤੇਰੇ ਬੀਬੀ ਪਾਪਾ? ਆਜਾ ਬੈਠ ਮੇਰਾ ਪੁੱਤ। ਸਤਿ ਸ਼੍ਰੀ ਅਕਾਲ। ਬੈਠ ਮਨ। ਮਾਂ ਵੀਰਾ ਕਿੱਥੇ ਆ? ਵੀਰਾ ਮੰਡੀ ਗਿਆ ਆ, ਆਉਣ ਵਾਲਾ ਹੀ ਆ। ਇੱਥੇ ਤਾਂ ਤੂੰ ਆ ਜਾ ਵਾਲਾ ਹੀ ਆ, ਉਹ ਅੰਦਰ ਬੈਠਦੇ ਆ। ਆ ਜਾ ਆ ਜਾ ਮੇਰਾ ਪੁੱਤ। ਹੋਰ ਮਾਤਾ, ਗੋਡੇ ਗਾਡੇ ਠੀਕ ਨੇ? ਗੋਡੇ ਤਾਂ ਵਾਲੇ ਠੀਕ ਨੇ ਪੁੱਤ, ਤੁਹਾਨੂੰ ਦੇਖ ਕੇ ਠੀਕ ਹੋ ਜਾਂਦੇ ਨੇ। ਸ਼ੁਕਰ ਸ਼ੁਕਰ। ਚੱਲ ਮੇਰਾ ਪੁੱਤ ਅੰਦਰ ਬੈਠ, ਮੈਂ ਆਈ। ਹਾਂ ਟੈਨਸ਼ਨ ਨਾ ਲੈ, ਮੈਂ ਆ ਗਈ ਆ, ਸਾਰਾ ਮਸਲਾ ਹੱਲ। ਚੱਲ ਧੀਏ ਪ੍ਰਾਹੁਣੇ ਕੋਲ ਚੱਲ ਅੰਦਰ। ਮੇਰੀ ਗੱਲ ਸੁਣ ਲੈ ਨੀ, ਜੇ ਕੁੜੀ ਦੇ ਕੰਨ 'ਚ ਘੁਸਰ ਮੁਸਰ ਕੀਤੀ ਨਾ, ਕੋਈ ਘਰ ਦੀ ਗੱਲ ਕੀਤੀ, ਤਾਂ ਮੇਰੇ ਤਾਂ ਬੁਰਾ ਕੋਈ ਨਹੀਂ ਲੱਗੀ, ਸਮਝ? ਨਾਲੇ ਮੇਰੀ ਕੁੜੀ ਤੋਂ ਆਪਣਾ ਪਰਛਾਵਾਂ ਵੀ ਦੂਰ ਰੱਖੀ, ਕਿਤੇ ਤੇਰਾ ਪਰਛਾਵਾਂ ਨਾ ਕਲਮੂਹੀ ਦਾ ਉਹਦੇ ਉੱਤੇ ਪੈ ਜਾਵੇ, ਲੱਗੀ ਸਮਝ? ਚੱਲ ਚਾਹ ਪਾਣੀ ਦੇ ਅੰਦਰ ਜਾ ਕੇ। ਪੱਗ ਤਾਂ ਤੇਰੀ ਲਾਉਣਾ ਬਣਦਾ ਹੈ, ਨਾਲੇ ਤੇਰੀ ਸੇਵਾ ਪਾਣੀ ਜੇ ਹੁਣ ਕਮੀ ਰਹਿ ਗਈ, ਕਹਿੰਦਾ ਪੱਲੀ ਗਿਲ ਸਹੁਰੇ ਗਿਆ ਤੀ, ਸੇਵਾ ਹੀ ਨੀ ਕਰੀ ਮੇਰੀ ਤਾਂ, ਤੇ ਚੱਕ ਡਿਸਕੋਰੀ ਲਈ ਜਾਂਦਾ। ਓਹੋ ਵੀਰੇ, ਤੁਸੀਂ ਹਜੇ ਆਪਦੀ ਮਹਿਫਲ ਹੀ ਲਾਈ ਬੈਠੇ ਹੋ, ਟਾਈਮ ਕਿੰਨਾ ਹੋ ਗਿਆ, ਸੌਂ ਜਾਓ ਹੁਣ, ਨਾਲੇ ਮੰਮੀ ਤੇ ਭਾਬੀ ਤਾਂ ਉਡੀਕ ਕੇ ਸੌਂ ਵੀ ਗਈਆਂ, ਤੇ ਤੁਸੀਂ ਤੁਸੀਂ ਤਾਂ ਸੌਂ ਜਾਓ। ਉਹ ਗੁੜੀਏ, ਤੈਨੂੰ ਪਤਾ ਵੀ ਅਸੀਂ ਖਾ ਪੀ ਰਹੇ ਹਾਂ, ਉਰੇ ਤੂੰ ਬੁਲਾਉਣੇ ਕੀ ਕਰਦੀ ਐ, ਜਾ ਕੇ ਤੂੰ ਸੌ ਜਾ। ਕੋਈ ਨਹੀਂ ਮਨੂ, ਆਉਣਾ ਮੈਂ ਤਾਂ ਸੌਂ ਗਈ ਸੀ ਵੀਰੇ, ਮੈਨੂੰ ਵੀ ਹੁਣ ਹੀ ਜਾ ਗਈ ਸੀ। ਉਹ ਤੈਨੂੰ ਨੀ ਪਤਾ ਜਦੋਂ ਕੋਈ ਪ੍ਰਾਹੁਣਾ ਧਰਾਉਣਾ ਆ ਜਾਏ ਨਾ, ਉਹਦੀ ਸੇਵਾ ਕਰਨੀ ਤਾਂ ਬਣਦੀ ਆ। ਇਹਨਾਂ ਨੂੰ ਤਾਂ ਮੈਂ ਦੱਸਦੀ ਆ, ਰਾਹ ਚਾਉਂਦੇ ਕਹੀ ਜਾਂਦੇ ਸੀ ਮੈਂ ਤਾਂ ਸੋਫੀ ਆ, ਮੈਂ ਨੀ ਪੀਂਦਾ। ਹੁਣ ਦੇਖ ਕੇ ਮੈਂ ਚੱਕ ਬਈ ਪ੍ਰਾਹੁਣਿਆਂ, ਇੱਕ ਹੋਰ ਹੋ ਜੇ। ਉਹ ਪਾਲਾ ਪੂਰਾ ਪਾਣੀ ਦਾ ਮੈਂ ਤਾਂ ਇਹ ਲਾ ਗਿਆ ਸੀ ਬਈ, ਲਾ ਜਾ ਲਾ ਜਾ। ਉਹ ਫੇਰ ਕਿਵੇਂ ਦਾ ਚੜਾ ਰੱਖਿਆ ਪੀਣ ਤੇ। ਖਲਾ ਖਲਾ ਪੁੱਜੀ ਆ, ਜ਼ਾਲਾ ਸਾਹਿਬ। ਹਾਂਜੀ ਪ੍ਰਾਹੁਣਾ ਜੀ। ਇੱਕ ਨੰਬਰ ਆਇਆ ਵਾ, ਉਹ ਗਰਾ ਹੁੰਦੇ
कोई ना कोई ना मैं अपने कल सट जाया तू बस कर जो तुसी बस कर दे यार की बस करा मेरी गल सुन मेरा हनीमून ता बिच रोलता मैं ता सोच रही तेनु मैं ओ चंद प्लाट लेके तेनु कुछ ही पाई देता कुछ नहीं बंगला इतनी च ता गल्ला बहुत वड्डिया वड्डिया मार दे हां यार नहीं मारदा वड्डिया गल्ला कर नहीं देते ने मेनू ये मेरे पेके जाना है दो दिन रह गए होने दस मेरे करके सेवा हुई जाती है जड़ी हुई जाती है ओए ओए तो जाती है अरे मैं भी तेरी भारी सेवा कर है ना जिंदगी जो ना किस्मत वाले ने मिल दिया तेरी वजह की है खुश होगी तू ना है ना मैं देख लूँगा बस करो बालियां मिठियां ना मारो टाइम सर सौ जाओ टाइम बहुत होया पिया रोटी बनाई पई आ जो तो खानी हुई मैं दस दियो उठा दियो मेनू आके भाई मम्मी हुण तां हट जो ना बोली जाया करो भाभी नू इहदे च इहदा भी की कसूर आ मुंडा जां कुड़ी हुण भाभी दे हत्थ थोड़ी आ नाले किन्ना क टाइम तुसीं इही पाप करी चलोगे किन्नियां सफाइयां तां पहलां ही करातियां तू चुप करनी बहुतियां अकलां ना दे मैनू किहो जिहा इहदे नाल सलूक करना ए मेनू पता देख ला मनु मेरे घर च ना कोई भी नहीं सुनता माड़ा मोटा तेरा वीरा सुनता सी हुन तो वो भी चला गया बोलना कोई नहीं भाभी वीरे नु तो मैं समझाऊंगी ओदे कन तां असी खिचांगे मम्मी तुसी भी ते इक औरत हो ना तुसी समझना इस गल नु पर तुसी तो खुद ओहो जे होए पए आ नहीं तू मेनू ना पड़ता पड़ा लगी समझ पहली सफाई जदों इहदी कराई दूजी बार कहंदी मम्मी मेनू दवाई खवा दो 51,000 ਦੀ ਨਾ ਮੁੰਡਾ ਹੋਣ ਦੀ ਦਵਾਈ ਖਵਾਈ ਦੂਜੀ ਵਾਰ ਫੇਕ ਪੱਥਰ ਤੀਜੀ ਵਾਰ ਇਹਦੇ ਜਦ ਹੁਣ ਫੇਕ ਪੱਥਰ ਹੈ ਮੈਂ ਨਹੀਂ ਜੰਮਣ ਦੇਣਾ ਨਾਲੇ ਦਨੀਆਂ ਨੂੰ ਬਥੇਰੇ ਖਸਮ ਮਿਲ ਜਾਣਗੇ ਇਹਨੂੰ ਤਾਂ ਦਫਾ ਕਰੋ ਸਫਾਈ ਕਰਾ ਕੇ ਸਿੱਧਾ ਤਲਾਕ ਮਾਂ ਹੁਣ ਤਾਂ ਥੋੜਾ ਜਿਹਾ ਹੌਲੀ ਬੋਲੋ ਉਹ ਵੀ ਸੁੱਤੇ ਪਏ ਨੇ ਜੇ ਉਹਨਾਂ ਨੂੰ ਪਤਾ ਲੱਗ ਗਿਆ ਫੇਰ ਮੈਂ ਤਾਂ ਪਰਦਾ ਰੱਖਿਆ ਹੋਇਆ ਇਸ ਗੱਲ ਦਾ ਕੁਝ ਨਹੀਂ ਦੱਸਿਆ ਉਹਨਾਂ ਨੂੰ ਵੀ ਨਹੀਂ ਜਦੋਂ ਇਹਨੂੰ ਤਲਾਕ ਦੇਵਾਂਗੇ ਸਾਰੀ ਦੁਨੀਆ ਨੂੰ ਪਤਾ ਲੱਗੂ ਫਿਰ ਪ੍ਰਾਹੁਣੇ ਨੂੰ ਕਿਉਂ ਨਾ ਪਤਾ ਲੱਗੂਗਾ ਕਿੰਨੇ ਕੁ ਪਰਦੇ ਰੱਖਾਂਗੀ ਤੂੰ ਉਹਦੇ ਕੋਲੋਂ ਮੈਨੂੰ ਨਹੀਂ ਲੋੜ ਪਰਦੇ ਰੱਖਣ ਦੀ ਮੈਨੂੰ ਪੋਤਾ ਚਾਹੀਦਾ ਪੋਤਾ ਨਾ ਕਿ ਪੱਥਰ ਮਾਂ ਕਿਉਂ ਤੂੰ ਮੇਰਾ ਘਰ ਉਜਾੜਨ ਤੇ ਤੁਲੀ ਆ ਬਸ ਲੈਂਦੇ ਮੇਰਾ ਘਰ ਤੂੰ ਇਹ ਸ਼ੁਕਰ ਕਰ ਮੇਰੀ ਜਵਾਕ ਤਾਂ ਹੋ ਰਿਹਾ ਧੀ ਤਾਂ ਹੋ ਰਿਹਾ ਕਈ ਤਾਂ ਨਾ ਧੀਆਂ ਤੋਂ ਵੀ ਤਰਸਦੇ ਨੇ ਧੀਆਂ ਨੂੰ ਤਰਸਦੇ ਨੇ ਤਰਸਦੇ ਹੋਣਗੇ ਜਿਹੜੇ ਤਰਸਦੇ ਹੋਣਗੇ ਮਾਂ ਕਿਉਂ ਕਲੇਸ਼ ਪਾਇਆ ਤੁਸੀਂ ਘਰੇ ਬਹਿ ਜਾ ਭੈਣੇ ਬਹਿ ਜਾ ਬੈਠ ਜਾ ਤੁਸੀਂ ਵੀ ਮੇਰੀ ਗੱਲ ਸੁਣ ਦੇਖ ਆਪਣਾ ਨਵਾਂ ਰਿਸ਼ਤਾ ਮੈਂ ਮੰਨਦਾ ਮਨੂ ਨੇ ਮੇਰੇ ਤੋਂ ਪਰਦਾ ਰੱਖਿਆ ਇਹ ਵੀ ਮੈਂ ਮੰਨਦਾ ਇੱਕ ਸੰਸਾਰੀ ਕੁੜੀ ਐਵੇਂ ਕਰਦੀ ਹੁੰਦੀ ਮੈਨੂੰ ਇੱਕ ਗੱਲ ਦੱਸ ਨਾ ਕੀ ਕਮੀ ਕਿਉਂ ਪਰਿਵਾਰ ਖਰਾਬ ਕਰਦੇ ਤੁਸੀਂ ਸਿਆਣੀ ਪੈਣੀ ਹੈ ਮਾਂ ਤੂੰ ਮਾੜਾ ਮੋਟਾ ਸੋਚ ਲੈ ਪੁੱਤ ਮੈਂ ਇੱਕ ਗੱਲ ਕਹਾਂ ਹਾਂਜੀ ਤੂੰ ਇਸ ਘਰ ਦਾ ਜਵਾਈ ਭਾਈ ਹੈ ਤੇ ਸਾਡੇ ਘਰ ਦੇ ਮਾਮਲੇ 'ਚ ਨਾ ਬੋਲ ਇਹ ਸਾਡੇ ਘਰ ਦਾ ਮਸਲਾ ਏ ਅਸੀਂ ਆਪੇ ਹੱਲ ਕਰਾਂਗੇ ਜੇ ਤੂੰ ਦਖਲਅੰਦਾਜ਼ੀ ਨਾ ਦੇਵੇਂ ਤਾਂ ਹੀ ਚੰਗਾ ਏ ਚਲੋ ਧੰਨਵਾਦ ਬਹੁਤ ਇੱਜ਼ਤ ਕੀਤੀ ਹੈ ਤੁਸੀਂ ਬੈਗ ਪੈਕ ਕਰ ਲੈ ਮੰਮੀ ਜੀ ਤੁਸੀਂ ਕੀ ਕਰੀ ਜਾਂਦੇ ਹੋ ਕੀ ਕਰਨਾ ਕੀ ਨਹੀਂ ਕਰਨਾ ਇਹ ਮੈਨੂੰ ਪਤਾ ਤੁਹਾਨੂੰ ਜ਼ਿਆਦਾ ਨਹੀਂ ਪਤਾ ਮਾਂ ਤੁਹਾਡੇ ਘਰ ਦਾ ਜਵਾਈ ਆ ਉਹ ਨਾ ਉਹਨੂੰ ਨਹੀਂ ਸਹੀ
कम से कम जवाई नू ता सीधे मुंह बोल लो। मनु तू बहुता ना पक पूरी ना दा। जी तुसी गुस्से का तो हुन्ने हो, मम्मी दा ता सुभाअ ही इदां दा, ओ ता एवें ही बोलदे आ। मैनू भी तो कुवारी हुंदी नू वाधू कुछ बोलदे सीगे। यार गल सुन, कुवारी हुंदे तैनू बोलदे होणगे, तू उहनां दी कुड़ी है। मैं व्याह करा के इत्थे पहली बार आया सीगा, ते उहनां दा इन्ना तां फर्ज बणदा है ना कि उह रिश्तियां दी तां शर्म करन। एक जवाई दा की रुतबा हुंदा, कम से कम इह तां सोच सकदे ने उह। मम्मी दे दिल च एवें दा कुछ नहीं हैगा, उह बस मूंह दे बड़बोले ने। यार देख मैं मानदा तेरी गल, सब सही है, पर इज्जत जिहड़ी अज मेरी बेइज्जती करी है ओह, चाहे उत्थे आपां परिवार दे सीगे, बड़बोले ने कल नूं चार बंदे खड़े होणगे, उहनां सामने मेरी बेइज्जती करनगे फिर। चलो फिर की हो गया जे कहता तां, तुसीं गुस्सा छड्ड दो। गल गुस्से दी नहीं, गल मनू इज्जत दी आ। मैनूं इह दस, मैं उत्थे गलत किया सी कुछ? इस परिवार दे भले दी उह गल कर रहा सी ना, जे उस कुड़ी ने दो कुड़ियों की पहला सफाई कराती तो दोबारा एक होर कुड़ी उहदे पेट च आ, उहदी की गलती है? जिम्मेवार तो उहनां दा मुंडा भी है ना। जी मैं भी मम्मी नूं बहुत समझाया। बस हुण फैसला होके रहूगा, तू चलना मेरे नाल चल, नहीं फिर मैं कल्ली चल जूंगा। चलना मेरे नाल, बैग पैक कर, मैं वेट कर रही थी। जा मिल ले मावरियां, इस कर तक इस दी जितनी पुत्र तू चली। मां जे मैनू क्या हुंदा तां वी गल होर सी, तुस तां इन्ना दी भी कदर नहीं कीती। ना पुत, मामा दा ऐ गुस्सा नहीं करीदा है। मेरा पुत ऐ थोड़ी नाराज होके जाईदा। मामा दा तां रखिया नहीं साहब बेबे, मैं तां के माई कहा सी तेनू, तै तां वही बगाना पुत ही समझ लिया ना। ना पुत। ओ बस मैं कानू तेनू बगाना पुत समझिया, उही मैं तां गुस्से च ही बोलता। ना गुस्से च तां बोलता, मैनू एक गल दस मां, आह एडी एडी ना इमारतां चमके कुछ नहीं बनता, जिस करे ना जमाई तेनू उहदी इज्जत ना होवे ना, उह घर नहीं हुंदा, उहदा खंडरी है। ना मेरा पुत है ना बोल। ਉਹ ਕੀ ਬਸ ਕਰੋ, ਮਰ ਜਾਂਦੇ ਹੋ ਆਪਣੀਆਂ ਗੱਲਾਂ ਤੁਸੀਂ। ਮੈਂ ਹੱਥ ਜੋੜਦੀ ਆ, ਐ ਨਾ ਗੁੱਸੇ ਹੋ ਕੇ ਜਾ ਸਾਡੇ ਨਾਲ। ਮੈਂ ਧੀ ਦੇ ਕੇ ਪੁੱਤ ਖਰੀਦਿਆ, ਪੁੱਤ ਸੌ ਸੁੱਖਾਂ ਦਾ ਮੇਰਾ ਇੱਕੋ ਇੱਕ ਜਵਾਈ, ਐ ਨਹੀਂ ਨਾਰਾਜ਼ ਹੋਈਦਾ ਸਹੁਰਿਆਂ ਨਾਲ। ਆਹੋ ਖਰੀਦਿਆ, ਮੁੱਲ ਤਾਂ ਨਹੀਂ ਖਰੀਦ ਲਿਆ ਮੈਂ, ਵੀ ਕੁਛ ਮਰਜ਼ੀ ਬੋਲੀ ਜਾਓ ਮੈਨੂੰ। ਐ ਕਰੋ ਫਿਰ, ਤੁਹਾਨੂੰ ਬਾਹਲਾ ਲਾੜ ਆਉਂਦਾ ਨਾ, ਰੱਖ ਲਓ ਆਪਦੀ ਕੁੜੀ ਇੱਥੇ। ਨਾ ਪੁੱਤ, ਇਹ ਤੂੰ ਕੀ ਕਹਿ ਰਿਹਾ ਹੈ? ਉਹ ਵੀ ਤਾਂ ਇਹ ਸ਼ੁਰੂ 'ਚ ਪਰਦੇ ਰੱਖਣੇ ਸਿੱਗੀ ਮੇਰੇ ਤੋਂ। तलाक मांगदे हो ना तुसीं? पुत तलाक कोई नहीं, तू लिया, तेनू कहता मैं दसदा। बारह बजे ने, बारह बजे ने, पता नहीं प्रौणा की तलाक तलाक करी जांदा, मैं तो कुछ समझ नहीं आ रहा। हाँ समझ नहीं आ रहा, क्यों बौंदल गई ना मां होनी? मेरी गल सुना, मैं मेरे ते मनु दी तलाक दी गल नहीं करदा, मैं तां सत जन्मां च ना तलाक दवां। गल दी करदा मैं आ तेरे लाड़ले दी, जिहड़ा तूं दबाउणी आ तलाक मां। लै इह कापी पेन लै पड़ा, दसदा मैं वी की लोड़ है इहदी सानूं। लै मां फड़, आ फड़। हाँ मां हुण दस, पढ़ी लिखी है तूं? हाँ पुत। किन्ने क पढ़ी है? दसवीं चो हट गई सी। वाह हट गई सी दसवीं चो, चल फिर भी बहुत पढ़ाता माँ बाप ने, चंगी सोच तो दिती सी, पर हुण पता नहीं क्यों नहीं कम आउंदी। इह ते लिख माड़ा जा, लिख तलाक दी गल करदे ना, कोई चीज़ लिखाऊंगा मैं। यार रौला रौला नहीं, ते तू खेड खड़ेरियां भी ना समझी, हट जा चुप हो जा, तू भी नक्क च दम करके लिख। मेरी कुड़ी
हाथ का तो काम देने प्रौणे कोई सेवा पानी च कमी रहेगी ना ना दस दा मेरी कुड़ी सौरे घर जाके मुंडे जम्मू जे मुंडे नहीं जांदी ता कपड़े समेत देहड़ी च सट जो प्रौणे की बोली जाना यार की बोली जाना मैं ओही बोली जाना जेड़ा सोडा सुनदा मैं तो गलती हो गई पुत गलती हो गई मैनू पता नहीं सी मैं अपनिया धीआं वांग बगानिया धीआं नूं भी दुख हुंदा कानू हुंदा मां दुख बगानिया धीआं धीआं थोड़ी हुंदियां ने बगानिया तो नूहा होंदिया ने जो मर्जी मुंडिया का लालच कर लो कदे गल गुठा दे दो कदे स्टोव नू अग ला दो कदे सिलेंडर फूक दो कदे ऊं फांसी दे दो कदे दबक दो बस कर पुत बस कर पुत तो बहुत वड्डी गलती हो गई मैनू माफ कर देती है बस करो मम्मी जी चंगा भला तुहाडी जिंदगी जदों लंघदी सी कुड़ियां दी सफाई भी कराती जदों मालक तुहाडे कर्मां च कुड़ियां दे रहा है फिर की घाट है ओए नाल एक गल याद रखियो कुड़ियां उसे घरे जन्म लैंदियां ने जिस घरे उन्हां नूं पता होवे वी हां साडा पालन पोषण हो सकदा मां हुण तुहानूं सेक लगदा है ना ते भाभी भी तां किसे दी धी सी तैनूं मैं किन्ना समझाया सी तू मेरी इक भी नहीं सुनी अपनी बहुत वड्डी गलती है मां आपां भी भुल गए सी भी अपने घर भी इक कुड़ी है जे सारा कुछ अपनी धी नाल वापरदा तां फिर आपां नूं किवें लगदा मां आपां किवें जरदे इह गल सच है दोस्तो जदों एवें दी मुसीबत अपने परिवार से आपदियां धीआं भैणां ते आउंदी है तां ही आपां नूं दर्द दा पता लगदा बगानियां नूहां नूं बगानियां धीआं नूं कहना बहुत सौखा है क्योंकि कुछ मसलियां दे हल ना सिर्फ रब दे कोल ही हुंदे आ इंसान उहदे विच चाह के भी कुछ नहीं कर सकदा साडी वीडियो नूं लाइक कमेंट शेयर करना ना भुल्लियो ते चैनल नूं सबसक्राइब जरूर कर दिओ लव यू